अज डेरा बाबा नानक गुरु नानक साहब के गुरद्वारा साहब दरबार साहब विखे सतगुर अरदास महाराज का 646वें प्रकाश दिहाड़े नूं समर्पित गुरमत समागम कराया, जिस विच रवदासिया सिख वैलफेयर सोसायटी पंजाब के प्रधान होने के नाते मैं उन्हां वीरां दा भी धन्नवाद करना चाहुंदा जिन्होंने बड़ा वड्डा सहयोग दिता, जिन्होंने गुरु गोबिंद सिंह स्टडी सर्कल सुखमनी साहब सेवा सोसायटी डेरा बाबा नानक ते श्रोमणी गुरद्वारा प्रबंधक कमेटी कारसेवा वाले बाबे ते होर मेरे वीर जिहड़े मेरे नाल खड़े ने वड्डा सहयोग दिता, इन्हां दा मैं इसे धन्नवाद करदा वां। उत्थे गुरु महाराज के जन्म दिहाड़े दीआं संगत नूं वधाइयां दिंदा वां ते इह बेनती करदा कि जिहड़ा उन्हां ने गुरबाणी दे विच संदेश दिता वा उहदे मुताबक अपना जीवन सफला करन वास्ते ਆਪਾਂ ਉਹਨਾਂ ਦੇ ਸਿੱਖਿਆਵਾਂ 'ਤੇ ਚੱਲਣ ਦਾ ਅੱਜ ਦੇ ਦਿਹਾੜੇ ਤੋਂ ਇਹ ਸਿੱਖਿਆਵਾਂ ਲਈਏ। ਅਤੇ ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ ਕਿ 24 ਮਾਰਚ ਸ਼ਾਮ ਨੂੰ 7 ਵਜੇ ਤੋਂ ਲੈ ਕੇ 10:30 ਵਜੇ ਤੱਕ ਗੁਰਦੁਆਰਾ ਸਤਿਕਤਾਰੀਆਂ ਬਟਾਲਾ ਵਿਖੇ ਵੀ ਭਗਤ ਰਵਿਦਾਸ ਸਾਹਿਬ ਜੀ ਦਾ ਜੋ ਗੁਰਮਤ ਸਮਾਗਮ ਕਰਾਇਆ ਜਾ ਰਿਹਾ, ਜਿਸ ਵਿੱਚ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਸਿੰਘ ਸਾਹਿਬ ਪਹੁੰਚ ਰਹੇ ਨੇ ਗੁਰਮਤ ਵਿਚਾਰਾ ਕਰਨ ਵਾਸਤੇ। ਉਹਦੇ ਵਿੱਚ ਵੀ ਸੰਗਤ ਵੱਡੀ ਪੱਧਰ 'ਤੇ, ਜਿਵੇਂ ਅੱਜ ਇੱਥੇ ਸੰਗਤ ਬਹੁਤ ਵੱਡੀ ਪੱਧਰ 'ਤੇ ਪਹੁੰਚੀ ਆ, ਮੱਥਾ ਨਹੀਂ ਟੇਕਿਆ ਜਾਣ ਡਿਆ ਸੰਗਤ ਕੋਲ, ਇੰਨੀ ਵੱਡੀ ਪੱਧਰ 'ਤੇ ਸੰਗਤ ਪਹੁੰਚੀ ਆ। ਸੋ ਇਹਦੀ ਇਹੋ ਬੇਨਤੀ ਮੈਂ ਕਰਦਾ ਕਿ ਉਸ ਦਿਨ 24 ਤਰੀਕ ਨੂੰ ਵੀ ਸ਼ਾਮ ਨੂੰ ਵੱਡੀ ਪੱਧਰ 'ਤੇ ਸੰਗਤ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਿੰਦਰਪਾਲ ਸਿੰਘ ਗੋਰਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਮਹਾਨ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦੇਣਾ। ਔਰ ਅੱਜ ਗੁਰਦੁਆਰਾ ਦਰਬਾਰ ਡੇਰਾ ਸਾਹਿਬ ਵਿਖੇ, ਡੇਰਾ ਬਾਬਾ ਨਾਨਕ ਵਿਖੇ ਜੋ ਸਥਿਤ ਗੁਰਦੁਆਰਾ ਸਾਹਿਬ ਆ, ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਆ, ਉੱਥੇ ਅੱਜ ਇੱਥੋਂ ਦੀਆਂ ਸਭਾ ਸੁਸਾਇਟੀਆਂ ਭਗਤ ਰਵਿਦਾਸ ਜੀ ਦੀ ਜੋ ਪੈਰੋਕਾਰ ਨੇ ਉਹਨਾਂ ਦੀ ਬਰਾਦਰੀ, ਔਰ ਸਰਦਾਰ ਪਲਵਿੰਦਰ ਸਿੰਘ ਜੀ ਲੰਬੜਦਾਰ ਜਿਹੜੇ ਸਾਡੇ ਐਸੀ ਵਿੰਗ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਸਮੁੱਚੀਆਂ ਸੰਗਤਾਂ ਨੂੰ ਨਾਲ ਲੈ ਕੇ ਅੱਜ ਇਹ ਦਿਨ ਮਨਾਉਣ ਦਾ ਬਹੁਤ ਵੱਡਾ ਇੱਕ ਪ੍ਰੋਗਰਾਮ ਇਸ ਗੁਰਦੁਆਰਾ ਸਾਹਿਬ 'ਚ ਲਿਖਿਆ, ਜਿੱਥੇ ਭਾਈ ਸਾਹਿਬ ਦਵਿੰਦਰ ਸਿੰਘ ਜੀ ਹਜੂਰੀਆ ਕੀ ਦਰਬਾਰ ਸਾਹਿਬ ਉਹਨਾਂ ਨੇ ਕੀਰਤਨ ਕੀਤਾ। ਹੁਣ ਭਾਈ ਜਸਵਿੰਦਰ ਸਿੰਘ ਕਲੇਰ ਸਾਹਿਬ ਉਹ ਗੁਰੂ ਦੇ ਇਤਿਹਾਸ ਨਾਲ ਸੰਗਤ ਨੂੰ ਜੋੜਨਾ ਕਰ ਰਹੇ ਨੇ। ਮੈਂ ਸਮਝਣਾ ਭਗਤ ਰਵਿਦਾਸ ਜੀ ਨੂੰ ਉਸ ਵੇਲੇ ਦੇ ਲੋਕ ਨੀਵਾਂ ਕਹਿ ਕੇ ਕੋਈ ਲਾਗੇ ਨਹੀਂ ਸੀ ਪਿੱਟਣ ਦਿੰਦਾ, ਲਾਗੇ ਨਹੀਂ ਸੀ ਖਲੋਣ ਦਿੰਦਾ, ਜੋ ਜੁੱਟੀਆਂ ਖੰਡ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ, ਜਿੱਥੇ ਜੁੱਟੀਆਂ ਖੰਡ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ, ਉੱਥੇ ਜਿਹੜੀ ਸੰਗਤ ਜਾਂ ਕੋਈ ਗਾਹਕ ਉਹਨਾਂ ਆਉਂਦਾ ਸੀ ਉਹਨੂੰ ਰੱਬ ਦੇ ਨਾਂ ਨਾਲ ਜੋੜਦੇ ਸਨ। ਉਹ ਐਸੇ ਮਹਾਂਪੁਰਸ਼ ਹੋਏ ਆ। ਔਰ ਮੈਂ ਸਮਝਣਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਫਿਰ ਬਹੁਤ ਵੱਡਾ ਇੱਕ ਪਰਉਪਕਾਰ ਕੀਤਾ, ਜਿਨ੍ਹਾਂ ਦੀ ਬਾਣੀ ਜਿਹੜੀ ਸੀ ਉਹਨੂੰ ਧੰਨ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰ ਦਿੱਤਾ, ਆਦਿ ਗ੍ਰੰਥ ਬਣਿਆ, ਅਤੇ ਕਲਗੀਧਰ ਪਾਤਸ਼ਾਹ ਨੇ ਉੱਤੇ ਮੋਹਰ ਲਾ ਦਿੱਤੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਜਦੋਂ ਮਿਲਿਆ। ਅੱਜ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਸਿਰ ਝੁਕਾਉਂਦੇ ਆ, ਜਿਹੜੇ ਇਹਨਾਂ ਭਗਤਾਂ ਨੂੰ ਨੀਵਾਂ ਕਹਿੰਦੇ ਸਨ, ਅੱਜ ਭਗਤ ਰਵਿਦਾਸ ਜੀ ਨੂੰ ਸਾਡਾ ਨਾਲ ਸਿਰ ਝੁਕਦਾ।